दुख की गल है कि इस 21वीं सदी च पंजाब वर्गे सूबे च लोग जहरीली शराब पी के मर रहे ने और फिर उन्होंने जस्टिफाई करने की कोशिश कर रहे हैं। बच्चा बच्चा औरतां बंदे कह रहे ने कि साडे पिंड च शरेआम अड्डे ला के शराब पिक रही है और उन्होंने 10 पिंडां दे होर नां गल कराए, बुचड़ा पिंड, कंगा पिंड, पता नहीं होर किन्ने नाम कि सारे पिंडां च मेरा मनना कि 13,000 पिंडां दे विच गैर कानूनी शराब का धंधा चल रहा। आम तौर पर हुंदा सी कि पिंड विच किसी ने एक भट्ठी लाई, हो सकता उहदे कोलों कोई जहरीली चीज़ पै गई या गलत हो गया तो एक पिंड दे विच 3 मौतां, 2 मौतां, एक बंदा मर गया। ये माझे दे विच सारे जिलों से आ गया काम बीमारी, मतलब अपना तरन तारण, गुरदासपुर, बटाला, अमृतसर, 83-84 मौतां बहुत हुंदियां। महकमा भी कैप्टन अमरिंदर सिंह होना दे कोल हरकत दे विच आई आ, कुछ क अफसरां नूं मुअत्तल उन्होंने किया, इस कार्रवाई तो खुश हो तुसीं? मतलब भी कोई नहीं गा जी, इह तां इवें लोकां दी अखां च घट्टा पा रहे ने कि लोकां दा जिहड़ा गुस्सा ना वो डाइवर्ट हो जाए। लोग कहण लगे भी अमरिंदर सिंह ने बड़े बंदे सस्पेंड करते, असल सस्पेंड होने वाले तो कैप्टन साहब ही आ। जदों तां बेगुनाह लोकां दे लाउणा तां 5 मिंट नहीं लाउंदे, फिर कहिंदे जी बड़ी असीं रिसर्च कर ली, असीं इहनां दे सारा छानबीन कर ली, असीं गुप्त तौर ते कार्रवाई लै ली, गुप्त रिपोर्ट लैंदे ने। ਉਹ ਇੱਥੇ ਤਾਂ ਲੋਕੀ ਰੌਲਾ ਪਾ ਰਹੇ ਨੇ ਕਿ ਪਿੰਡ ਅੱਡਿਆਂ ਦੇ ਉੱਤੇ ਸ਼ਰਾਬ ਵਿਕ ਰਹੀ ਆ। ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ 80 ਤੋਂ ਵੱਧ ਮੌਤਾਂ ਹੋ ਗਈਆਂ ਨੇ ਅਤੇ ਹੋਰ ਵੀ ਹੋਣ ਦੀ ਸੂਚਨਾ ਆ ਰਹੀ ਹੈ। ਤਕਰੀਬਨ ਹੁਣ ਕੈਪਟਨ ਅਮਰਿੰਦਰ ਸਿੰਘ ਹੁਣੀ ਵੀ ਹਰਕਤ ਦੇ ਵਿੱਚ ਆਏ ਨੇ, ਪਰ ਇਸ ਉੱਤੇ ਵਿਰੋਧੀ ਬਹੁਤਾ ਖੁਸ਼ ਨਜ਼ਰ ਨਹੀਂ ਆ ਰਹੇ, ਕਿਉਂਕਿ ਪਿਛਲੇ 25-25 ਸਾਲਾਂ ਤੋਂ ਕਈ ਘਰ ਇਹ ਸ਼ਰਾਬ ਵੇਚ ਰਹੇ ਸੀਗੇ, ਕਿਉਂਕਿ ਕਈਆਂ ਦਾ ਤਾਂ ਇਹ ਵੀ ਕਹਿਣਾ ਕਿ ਪਿਛਲੇ 25 ਸਾਲਾਂ ਤੋਂ ਘਰਾਂ ਦੇ ਵਿੱਚ ਅਸੀਂ ਸ਼ਰਾਬ ਵੇਚ ਰਹੇ ਹਾਂ, ਜੇ ਉਦੋਂ ਨਹੀਂ ਮਰੇ ਤਾਂ ਹੁਣ ਕਿੱਦਾਂ ਮਰ ਗਏ? ਇਸ ਉੱਤੇ ਸੁਖਪਾਲ ਸਿੰਘ ਖਹਿਰਾ ਸਾਡੇ ਨਾਲ ਹੈਗੇ ਆ, ਤਰਨ ਤਾਰਨ ਦੇ ਸਿਵਲ ਹਸਪੀਟਲ ਦੇ ਵਿੱਚ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਨੇ। ਖਹਿਰਾ ਸਾਹਿਬ, ਲੋਕ ਕਹਿੰਦੇ ਨੇ ਕਿ ਅਸੀਂ ਪਿਛਲੇ 25 ਸਾਲਾਂ ਤੋਂ ਵੇਚ ਰਹੇ ਹਾਂ, ਉਦੋਂ ਤਾਂ ਮਰੇ ਨਹੀਂ, ਹੁਣ ਕਿੱਦਾਂ ਮਰ ਗਏ? ਦੇਖੋ, ਬੜੇ ਪਹਿਲਾਂ ਤਾਂ ਦੁੱਖ ਦੀ ਗੱਲ ਆ ਕਿ ਇਸ 21ਵੀਂ ਸਦੀ 'ਚ ਪੰਜਾਬ ਵਰਗੇ ਸੂਬੇ 'ਚ ਲੋਕ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਰਹੇ ਨੇ ਔਰ ਫਿਰ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਅਸਲ ਕਹਾਣੀ ਇਹ ਆ ਕਿ ਇਹ ਲੋਕਡਾਊਨ ਤੋਂ ਸ਼ਰਾਬ ਦੇ ਮਾਫੀਏ ਦਾ ਖੁਲਾਸਾ ਹੋ ਚੁੱਕਾ ਸੀ ਸਰਕਾਰ ਦੇ ਸਾਹਮਣੇ, ਇੱਥੋਂ ਤੱਕ ਕਿ ਫਰਜ਼ੀ ਡਿਸਟਿਲਰੀਆਂ ਮੂਹਰੇ ਆ ਗਈਆਂ, ਫੈਕਟਰੀਆਂ ਹੀ, ਦੁਕਾਨਾਂ ਤਾਂ ਛੱਡੋ, ਰੇਹੜੀਆਂ ਤਾਂ ਛੱਡੋ। ਉਹਦੇ ਤੋਂ ਬਾਅਦ ਸਰਕਾਰ ਦੀ ਜਿਹੜੀ ਸੀ ਨਾ ਕਮਜ਼ੋਰ ਨੀਤੀ, ਉਹਦੇ ਤੋਂ ਬਲ ਮਿਲਦਾ ਇਹਨਾਂ ਨੂੰ, ਲੋਕਾਂ ਨੂੰ। ਔਰ ਮੈਂ ਅੱਜ ਪੰਡੋਰੀ ਗੋਲਾ ਪਿੰਡ ਗਿਆ ਜਿੱਥੇ 11 ਮੌਤਾਂ ਹੋਈਆਂ। ਬੱਚਾ ਬੱਚਾ ਔਰਤਾਂ ਬੰਦੇ ਕਹਿ ਰਹੇ ਨੇ ਕਿ ਸਾਡੇ ਪਿੰਡ 'ਚ ਸ਼ਰੇਆਮ ਅੱਡੇ ਲਾ ਕੇ ਸ਼ਰਾਬ ਵਿਕ ਰਹੀ ਆ ਔਰ ਉਹਨਾਂ ਨੇ 10 ਪਿੰਡਾਂ ਦੇ ਹੋਰ ਨਾਂ ਗੱਲ ਕਰਾਏ, ਬੁਚੜਾ ਪਿੰਡ, ਕੰਗਾ ਪਿੰਡ, ਪਤਾ ਨਹੀਂ ਹੋਰ ਕਿੰਨੇ ਨਾਮ ਕਿ ਸਾਰਿਆਂ ਪਿੰਡਾਂ 'ਚ ਮੇਰਾ ਮੰਨਣਾ ਕਿ 13,000 ਪਿੰਡਾਂ ਦੇ ਵਿੱਚ ਹੀ ਗੈਰ ਕਾਨੂੰਨੀ ਸ਼ਰਾਬ ਦਾ ਧੰਦਾ ਚੱਲ ਰਿਹਾ। ਹੁਣ ਆ ਗਈ ਮੌਤਾਂ ਦੀ ਗੱਲ। ਦੇਖੋ, ਗੱਲ ਇਹ ਆ ਕਿ ਇਹ ਜਿਹੜਾ ਹੈ ਨਾ ਜ਼ਹਿਰੀਲੀ ਸ਼ਰਾਬ, ਇਹ ਕੋਈ ਆਮ ਇੱਕ ਅੱਧੇ ਪਿੰਡ ਦਾ ਵਾਕਿਆ ਨਹੀਂ ਗਾ। ਆਮ ਤੌਰ 'ਤੇ ਕੀ ਹੁੰਦਾ ਸੀ ਕਿ ਪਿੰਡ ਵਿੱਚ ਕਿਸੇ ਨੇ ਇੱਕ ਭੱਠੀ ਲਾਈ, ਹੋ ਸਕਦਾ ਉਹਦੇ ਕੋਲੋਂ ਕੋਈ ਜ਼ਹਿਰੀਲੀ ਚੀਜ਼ ਪੈ ਗਈ ਜਾਂ ਗਲਤ ਹੋ ਗਿਆ ਅਤੇ ਇੱਕ ਪਿੰਡ ਦੇ ਵਿੱਚ 3 ਮੌਤਾਂ, 2 ਮੌਤਾਂ, ਇੱਕ ਬੰਦਾ ਮਰ ਗਿਆ। ਇਹ ਮਾਝੇ ਦੇ ਵਿੱਚ ਸਾਰੇ ਜ਼ਿਲ੍ਹਿਆਂ 'ਚ ਹੀ ਆ ਗਿਆ ਕੰਮ ਬਿਮਾਰੀ, ਮਤਲਬ ਆਪਣਾ ਤਰਨ ਤਾਰਨ, ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ, 83-84 ਮੌਤਾਂ ਬਹੁਤ ਹੁੰਦੀਆਂ। ਸਾਡਾ ਮੰਨਣਾ ਵਾ ਕਿ ਇਹ ਅਸਲ ਵਿੱਚ ਇੱਕ ਤਾਕਤਵਰ ਕਿਸੇ ਨਾ ਧੁਰੇ ਦਾ ਕੰਮ ਹੈ। ਇਹ ਜਦ ਤਾਈਂ ਇਹਦਾ ਸੋਰਸ ਨਹੀਂ ਫੜੂ ਸਰਕਾਰ, ਹੁਣ ਇਹਨਾਂ ਨੇ ਕਰਨਾ ਕੀ, ਇਹਨਾਂ ਨੇ ਕੋਈ ਇੱਕ ਛੋਟਾ ਮੋਟਾ ਇੱਕ ਵਰਕਰ ਫੜ ਲਿਆ ਪਿੰਡ ਜਿਹੜਾ ਤੁਹਾਡਾ ਸੀਗਾ ਪੰਡੋਰੀ ਗੋਲਾ, ਜਾਂ ਕੋਈ ਛੋਟੇ ਮੋਟੇ ਅਫਸਰ ਸਸਪੈਂਡ ਕਰਤੇ, ਕੋਈ ਥਾਣੇਦਾਰ ਸਸਪੈਂਡ ਕਰਤਾ। ਦਿਸ ਇਜ਼ ਨੋਟ ਦੀ ਆਨਸਰ। ਦੀ ਆਨਸਰ ਇਜ਼ ਇਹ ਐਬਸੋਲਿਊਟ ਇੰਪਾਰਸ਼ਲ ਇਨਕੁਆਇਰੀ ਡੀਪ ਡਾਊਨ ਇਨ ਸਾਈਡ। ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਜਦੋਂ ਇਹ ਇਨਕੁਆਇਰੀ ਸਹੀ ਕਰਨਗੇ ਨਾ ਤੱਥਾਂ 'ਤੇ, ਅਤੇ ਤਾਕਤਵਰ ਸਿਆਸੀ ਅਤੇ ਪੋਲੀਟੀਕਲ ਅਤੇ ਪੁਲਿਸ ਦੀ ਮਿਲੀ ਭੁਗਤ ਤੁਹਾਨੂੰ ਸਾਹਮਣੇ ਨਜ਼ਰ ਆ ਜਾਏਗੀ। ਕਹਿੰਦੇ ਸੁਖਪਾਲ ਸਿੰਘ ਖਹਿਰਾ ਐਵੇਂ ਨਹੀਂ ਬੋਲਦੇ ਹੁੰਦੇ। ਸੁਖਪਾਲ ਖਹਿਰਾ ਸਾਹਿਬ, ਤੁਸੀਂ ਕੋਈ ਰਿਸਰਚ ਕੀਤੀ ਹੈ ਕਿ ਕਿੱਥੋਂ ਇਹ ਆ ਰਹੀ ਹੈ ਸ਼ਰਾਬ? ਕਿਉਂਕਿ ਇਹ ਲੱਗਦਾ ਕਿ ਇੱਕੋ ਜਿਵੇਂ ਫੈਕਟਰੀ ਦੀ ਬਣੀ ਹੋਵੇ, ਇੱਕੋ ਬੰਦੇ ਨੇ ਬਣਾਈ ਹੋਵੇ, ਜੇ ਇਹ ਸਾਰੇ ਇਸ ਮਾਝੇ ਏਰੀਆ ਦੇ ਵਿੱਚ। ਮੇਰੇ ਕੋਲ ਨਾ ਕੋਈ ਇਨਵੈਸਟੀਗੇਟਿੰਗ ਏਜੰਸੀ ਨਹੀਂ ਗੀ, ਪਰ ਮੇਰੀ ਜਿਹੜੀ ਜਿੱਦਾਂ ਮੈਂ ਹੁਣ ਯੁਆਪਾ 'ਤੇ ਕੰਮ ਕੀਤਾ ਪਿੰਡਾਂ 'ਚ ਜਾ ਕੇ, ਇੱਦਾਂ ਮੈਂ ਜਦੋਂ ਪਿੰਡ 'ਚ ਜਾ ਕੇ ਉਹਨਾਂ ਪਿੰਡ ਦੇ ਲੋਕਾਂ ਤੋਂ ਬਿਆਨ ਲਏ ਨੇ। ਇੱਕ ਤਾਂ ਉਹ ਸਿੱਧਾ ਸਿੱਧਾ ਇੱਥੋਂ ਦੇ ਕਾਂਗਰਸ ਦੇ MLA ਖਡੂਰ ਸਾਹਿਬ ਦੇ ਸਿੱਖੀ ਦੇ ਲਾਉਂਦੇ ਇਲਜ਼ਾਮ ਕਿ ਇਹਦੇ 2 PA ਕੰਮ ਕਰਦੇ ਨੇ। ਉਹਨਾਂ ਕੋਲ ਸਾਦੀ ਜ਼ੁਬਾਨ ਹੈ ਨਾ, ਹੁਣ ਪਿੰਡ ਵਾਲਿਆਂ ਦੇ ਕੋਲ ਕੋਈ ਐਡਾ ਲੰਬਾ ਚੌੜਾ ਸਿਸਟਮ ਤਾਂ ਇਨਫੋਰਮੇਸ਼ਨ ਦਾ। ਉਹ ਕਹਿੰਦੇ ਜੀ ਸਾਡੇ ਪਿੰਡਾਂ ਦੇ ਵਿੱਚ ਕੋਈ ਪਤਾ ਨਹੀਂ ਨਾਮ ਲੈਂਦੇ ਸੀ ਜੀ, ਉਹਦਾ ਨਾਮ ਜਰਮਨਜੀਤ ਸਿੰਘ ਅਤੇ ਕੋਈ ਸੁਖਰਾਜ ਸਿੰਘ ਉਹਦੇ PA ਨੇ, ਜਿਹਨਾਂ ਦਾ ਸ਼ਰਾਬ ਨਾਲ ਕੋਈ ਧੰਦਾ ਨਹੀਂ ਗਾ, ਪਰ ਉਹ ਸ਼ਰੇਆਮ ਵੇਚਦੇ ਨੇ। ਸੋ ਮੇਰਾ ਇਹ ਆ ਕਿ ਉਹ ਪਿੰਡ ਦੇ ਭੋਲੇ ਲੋਕ ਨੇ, ਇਹਦਾ ਮਤਲਬ MLA ਦੀ ਛਤਰ ਛਾਇਆ ਵਾ। ਇੱਥੇ ਇੱਕ ਡਿਸਟਿਲਰੀ ਆ ਰਾਣੇ ਗੁਰਜੀਤ ਦੀ ਲੋਕੇ ਪਿੰਡ ਦੇ ਵਿੱਚ ਤਰਨ ਤਾਰਨ 'ਚ। ਥੋੜ੍ਹੇ ਦਿਨ ਪਹਿਲਾਂ ਗੁਪਤ ਰਿਪੋਰਟ ਮਿਲਦੀ ਆ ਕਿ ਜੀ ਉਹਨੇ ਪਿੱਛੋਂ ਡਿਸਟਿਲਰੀ ਦੀ ਕੰਧ ਤੋੜੀ ਹੋਈ ਆ।
ਕੰਧ ਕਾਹਦੇ ਲਈ ਤੋੜੀ ਹੈ ਜਿੱਥੇ ਮੈਨੂਫੈਕਚਰਿੰਗ ਹੋ ਰਹੀ ਸ਼ਰਾਬ ਦੀ, ਤਾਂ ਕਿ ਟਰੱਕਾਂ ਦੇ ਟਰੱਕ ਬਾਹਰ ਕੱਢ ਦਈਏ ਅਸੀਂ, ਅਤੇ ਉਹਦੇ 'ਤੇ ਕੋਈ ਕਾਰਵਾਈ ਨਹੀਂ ਹੋਈ। ਔਰ ਮੈਂ ਪਬਲਿਕ ਡੋਮੇਨ 'ਚ ਲੈ ਕੇ ਆਇਆ, ਮੈਂ ਚੀਫ ਮਿਨਿਸਟਰ ਸਾਹਿਬ ਨੂੰ ਟੈਗ ਕਰਕੇ ਟਵੀਟ ਕੀਤਾ। ਨੋਰਮਲੀ ਤਾਂ ਬੜਾ ਫੇਸ ਟਾਈਮ 'ਤੇ ਛੇਤੀ ਆ ਜਾਂਦੇ ਨੇ, ਉਹਦੇ 'ਤੇ ਕੋਈ ਐਕਸ਼ਨ ਨਹੀਂ। ਫਿਰ ਮੈਂ ਅਧਿਕਾਰੀਆਂ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਕੰਧ ਰਿਪੇਅਰ ਕਰਾ ਦਿੱਤੀ ਆ, ਮਤਲਬ ਡਿਸਟਿਲਰੀ ਸੀਲ ਹੋਣੀ ਚਾਹੀਦੀ। ਮੈਨੂੰ ਤਾਂ ਖਦਸ਼ਾ ਕਿਤੇ ਸੋਰਸ ਇਹੀ ਨਾ ਹੋਵੇ, ਕਿਉਂਕਿ ਜਿਹੜਾ ਆਦਮੀ ਆਦੀ ਹੋ ਗਿਆ ਨਾ ਕਾਨੂੰਨ ਤੋੜਨ ਦਾ, ਜਿਹੜਾ ਜਿਹਨਾਂ ਦੇ ਕੋਲ। ਅੱਛਾ, ਸੈਕਿੰਡਲੀ ਇਹਦਾ ਫਾਰਮੂਲਾ ਸਾਰਿਆਂ ਤੁਹਾਡੇ ਮੇਰੇ ਕੋਲ ਥੋੜ੍ਹਾ ਸ਼ਰਾਬ ਦਾ। ਆਫਟਰਆਲ ਸੰਬਡੀ ਔਰਗਨਾਈਜ਼ ਤਰੀਕੇ ਨਾਲ, ਆਈ ਐਮ ਨੋਟ ਸੇਇੰਗ ਫੋਰ ਸ਼ੋਰ ਕਿ ਇਹ ਬੰਦਾ ਵਾ, ਬਟ ਦੇਰ ਇਜ਼ ਐਵਰੀ ਪੋਸੀਬਿਲਿਟੀ ਕਿ ਇੱਦਾਂ ਦਾ ਤਾਕਤਵਰ ਬੰਦੇ ਪਿੱਛੇ ਬੈਠੇ ਨੇ ਜਿਹਨਾਂ ਦੇ ਖਿਲਾਫ ਸਰਕਾਰ ਝਿਚਕਦੀ ਆ ਕਾਰਵਾਈ ਕਰਨ। ਮੈਂ ਕਹਾਂ ਵੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਕੋਲ ਹਰਕਤ ਦੇ ਵਿੱਚ ਆਈ ਆ, ਕੁਝ ਕੁ ਅਫਸਰਾਂ ਨੂੰ ਮਤਲਬ ਉਹਨਾਂ ਨੇ ਕੀਤਾ, ਇਸ ਕਾਰਵਾਈ ਤੋਂ ਖੁਸ਼ ਹੋ ਤੁਸੀਂ? ਮਤਲਬ ਹੀ ਕੋਈ ਨਹੀਂ ਗਾ ਜੀ, ਇਹ ਤਾਂ ਐਵੇਂ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਰਹੇ ਨੇ ਕਿ ਲੋਕਾਂ ਦਾ ਜਿਹੜਾ ਗੁੱਸਾ ਨਾ ਉਹ ਡਾਇਵਰਟ ਹੋ ਜੇ। ਲੋਕੀ ਕਹਿਣ ਲੱਗੇ ਵੀ ਅਮਰਿੰਦਰ ਸਿੰਘ ਨੇ ਬੜੇ ਬੰਦੇ ਸਸਪੈਂਡ ਕਰਤੇ, ਅਸਲ ਸਸਪੈਂਡ ਹੋਣ ਵਾਲੇ ਤਾਂ ਕੈਪਟਨ ਸਾਹਿਬ ਹੀ ਆ, ਜਿਹੜੇ ਮਿਨਿਸਟਰ ਆ ਐਕਸਾਈਜ਼ ਐਂਡ ਟੈਕਸੇਸ਼ਨ ਦੇ, ਜਿਨ੍ਹਾਂ ਦੇ ਕਰਕੇ ਇਹ ਸਾਰਾ ਕਾਰਾ ਹੋ ਰਿਹਾ, ਉਹਨਾਂ ਦਾ ਮਹਿਕਮਾ ਵਾ। ਔਰ ਆਪ ਮੰਨਿਆ ਪਿੱਛੇ ਗਵਰਨਮੈਂਟ ਨੇ ਕਿ ਸਾਨੂੰ ਇਸ ਵਿੱਤੀ ਵਰੇ ਵਿੱਚ 1820 ਕਰੋੜ ਰੁਪਏ ਦਾ ਘਾਟਾ ਪਿਆ, ਆਪ ਮੰਨ ਰਹੇ ਨੇ। ਇਹਦਾ ਮਤਲਬ ਹੀ ਨੋਜ਼ ਦੈਟ ਦੇਰ ਇਜ਼ ਅ ਪੈਰਲਲ ਟ੍ਰੇਡ ਇਨ ਪੰਜਾਬ, ਦੇਰ ਆਰ ਇਲੀਗਲ ਡਿਸਟਿਲਰੀਜ਼ ਫੰਕਸ਼ਨਿੰਗ ਇਨ ਦ ਸਟੇਟ, ਬਟ ਨੋ ਐਕਸ਼ਨ। ਯੂ ਨੋ, ਆਹ ਜਿਹੜਾ ਐਕਸ਼ਨ ਆ ਤੁਸੀਂ ਦੇਖ ਲੈਣਾ, ਇਹ ਜਿੱਦਾਂ ਲੋਕੀ ਕਹਿੰਦੇ ਕਿ 25 ਸਾਲ ਦੇ ਵੇਚ ਰਹੇ ਨੇ, ਇਹ 25 ਸਾਲ ਹੀ ਗਾਂਹ ਵੇਚਣ ਦਾ ਪ੍ਰੋਗਰਾਮ ਇਹਨਾਂ ਦਾ ਹੈਗਾ, ਕਿਉਂਕਿ ਡਰ ਹੀ ਹੈ ਨਹੀਂ ਇਹਨਾਂ ਨੂੰ ਕਿਸੇ ਦਾ। ਸੋ ਅਮਰਿੰਦਰ ਸਿੰਘ ਜੀ ਨੂੰ ਚਾਹੀਦਾ ਇੱਕ ਤਾਂ ਇਮੀਡੀਏਟਲੀ ਜੇ ਚਾਹੁੰਦੇ ਨੇ ਤੇ ਹਾਈ ਕੋਰਟ ਦੇ ਕਿਸੇ ਸਿਟਿੰਗ ਜੱਜ ਤੋਂ ਇਨਕੁਆਇਰੀ ਕਰਾਉਣ। ਵੈਸੇ ਮੈਂ ਇਹਨੂੰ ਥੋੜ੍ਹਾ ਦੁੱਖ ਹੈ ਕਿ ਜਿਹੜੇ ਚੀਫ ਜਸਟਿਸ ਸਾਹਿਬ ਬੈਠੇ ਨੇ ਚੰਡੀਗੜ੍ਹ, ਉਹਦਾ ਅਖਬਾਰ ਪੜ੍ਹ ਕੇ ਹੀ ਕੈਨ ਟੇਕ ਸੂਓ ਮੋਟੋ ਕੋਗਨੀਜੈਂਸ ਕਿ ਯਾਰ ਐਡਾ ਵੱਡਾ ਘਾਣ ਹੋ ਗਿਆ ਮਨੁੱਖਤਾ ਦਾ, ਆਪ ਹੀ ਪਹੁੰਚ ਜਾਣਾ ਚਾਹੀਦਾ ਸੀ ਜੱਜ ਸਾਹਿਬ ਨੂੰ ਇੱਥੇ, ਕਹਿਣ ਦੀ ਲੋੜ ਹੀ ਨਹੀਂ ਹੁੰਦੀ। ਹਾਈ ਕੋਰਟ ਦੇ ਜੱਜ ਦੀ ਇਨਕੁਆਇਰੀ ਹੋਵੇ, ਇਹਨਾਂ ਮਾਫੀਆ ਨੂੰ ਨੰਗਾ ਕਰਕੇ ਇਹਨਾਂ ਦੇ ਖਿਲਾਫ਼ ਪਰਚੇ ਦਰਜ ਕੀਤੇ ਜਾਣ, ਔਰ ਜਿਹੜੇ ਗਰੀਬ ਮਰੇ ਨੇ, ਕਿਉਂਕਿ ਮਰੇ ਨੇ ਸਰਕਾਰ ਦੀ ਨਲੇਕੀ ਕਰਕੇ, ਸਰਕਾਰ 25-25 ਲੱਖ ਰੁਪਇਆ ਹਰਜਾਨਾ ਦੇਵੇ ਉਹਨਾਂ ਨੂੰ, ਅਤੇ ਇਹਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਬਣਦੀ ਨੌਕਰੀ, ਕਿਉਂਕਿ ਬਹੁਤ ਹੀ ਗਰੀਬ ਆ ਇਹ ਸਾਰੇ, ਮੋਸਟਲੀ ਦਲਿਤਸ ਨੇ, ਲੇਬਰਰਸ ਨੇ। ਯੂ ਨੋ, ਰਿਕਸ਼ਾ ਚਾਲਕ ਸੀ ਜਿੱਦਾਂ ਪੰਡੋਰੀ ਦੇ ਪਿੰਡ ਵਿੱਚ, ਇੱਕ ਪਰਿਵਾਰ ਇੱਦਾਂ ਦਾ ਸੀ, ਉਹਨਾਂ ਦਾ ਮਾਂ ਪਹਿਲਾਂ ਮਰ ਗਈ ਸੀ, ਪਿਓ ਸ਼ਰਾਬ ਪੀ ਕੇ ਮਰ ਗਿਆ, ਉਹ ਦਾਦੀ ਆ ਅਤੇ ਦੋ ਛੋਟੇ ਛੋਟੇ ਏਡੇ ਏਡੇ ਬੱਚੇ ਆ ਜੀ, ਉਹ ਕਿੱਥੇ ਜਾਣਗੇ? ਤੁਸੀਂ ਪਿੰਡਾਂ ਦੇ ਵਿੱਚ ਜਾ ਰਹੇ ਹੋ, ਮੈਂ ਵੀ ਇੱਧਰ ਟੌਲ ਪਿੰਡ ਦੇ ਵਿੱਚ ਜਾ ਗਿਆ, ਲੋਕ ਸ਼ਰੇਆਮ ਕਹਿ ਰਹੇ ਆ ਕਿ ਇਹਨਾਂ ਜਿਹੜੇ ਘਰਾਂ ਦੇ ਵਿੱਚ ਸ਼ਰਾਬ ਵੇਚਦੇ ਆ ਉਹਨਾਂ ਦਾ ਹਫ਼ਤਾ ਮਹੀਨਾ ਪੁਲਿਸ ਵਾਲਿਆਂ ਨੂੰ ਜਾਂਦਾ, ਤੁਹਾਨੂੰ ਵੀ ਸ਼ਾਇਦ ਲੋਕਾਂ ਨੇ ਕਿਹਾ ਹੋਊਗਾ। ਤਾਂ ਜੇ ਲੋਕਡਾਊਨ ਦੇ ਵਿੱਚ ਇੰਨਾ ਘਾਟਾ ਪਿਆ, ਵਿੱਤੀ ਵਰੇ ਦੇ ਵਿੱਚ ਕਹਿੰਦੇ ਕਿ ਇੰਨਾ ਘਾਟਾ ਪੈ ਗਿਆ, ਸਰਕਾਰ ਉਦੋਂ ਕਿਉਂ ਨਹੀਂ ਜਾਗੀ? ਹੁਣ ਜਾਗਣ ਦਾ ਕੀ ਫਾਇਦਾ ਜਦੋਂ 80 ਤੋਂ ਵੱਧ ਮੌਤਾਂ ਹੋ ਗਈਆਂ? ਐਗਜੈਕਟਲੀ, ਉਸੇ ਵੇਲੇ ਜਿੱਦਣ ਇਹ ਖੁਲਾਸੇ ਹੋਏ ਸੀਗੇ, ਅਮਰਿੰਦਰ ਸਿੰਘ ਹੁੰਦਾ ਜੇ ਬੰਦਿਆਂ ਵਾਲੀ ਗੱਲ ਕਰਦਾ ਤਾਂ ਉਦਣ ਹੀ ਜਿਹੜੇ ਵੱਡੇ ਬੰਦੇ ਸੀ ਉਹਨਾਂ ਦੇ ਖਿਲਾਫ਼ ਪਰਚੇ ਫੜ ਕੇ ਅੰਦਰ ਦਿੰਦਾ, ਐਗਜੈਂਪਲਰੀ ਪਨਿਸ਼ਮੈਂਟ ਦਿੰਦਾ, ਜਦੋਂ ਆਪਾਂ ਨਹੀਂ ਕਰਦੇ। ਹੁਣ ਤੁਸੀਂ ਦੇਖੋ ਨਾ, ਜਦੋਂ ਤਾਂ ਸਰਕਾਰ ਯੁਆਪਾ ਕਾਨੂੰਨ ਆ, ਜਦੋਂ ਤਾਂ ਬੇਗੁਨਾਹ ਲੋਕਾਂ ਦੇ ਲਾਉਣਾ ਤਾਂ 5 ਮਿੰਟ ਨਹੀਂ ਲਾਉਂਦੇ, ਫਿਰ ਕਹਿੰਦੇ ਜੀ ਬੜੀ ਅਸੀਂ ਰਿਸਰਚ ਕਰ ਲਈ, ਅਸੀਂ ਇਹਨਾਂ ਦੇ ਸਾਰਾ ਛਾਣਬੀਣ ਕਰ ਲਈ, ਅਸੀਂ ਗੁਪਤ ਤੌਰ 'ਤੇ ਕਾਰਵਾਈ ਲੈ ਲਈ, ਗੁਪਤ ਰਿਪੋਰਟ ਲੈਂਦੇ ਨੇ ਉਹ। ਇੱਥੇ ਤਾਂ ਲੋਕ ਰੌਲਾ ਪਾ ਰਹੇ ਨੇ ਕਿ ਪਿੰਡ ਅੱਡਿਆਂ ਦੇ ਉੱਤੇ ਸ਼ਰਾਬ ਵਿਕ ਰਹੀ ਆ, ਲੋਕਾਂ ਨੇ ਮਤਲਬ ਜਿਹਨੂੰ ਕਹਿੰਦੇ ਆ ਕਿ ਲੋਕ ਕਚਹਿਰੀ 'ਚ ਦੱਸ ਰਹੇ ਨੇ ਕਿ ਸਾਡੇ ਪਿੰਡ ਦੇ ਚਾਰੋਂ ਪਾਸੇ ਸ਼ਰਾਬ ਮਿਲਦੀ ਆ, ਉੱਥੇ ਕੋਈ ਆਪਾਂ ਨਹੀਂ ਗਾ। ਦਿਸ ਇਜ਼ ਦ ਕਾਇੰਡ ਆਫ ਮਾਫੀਆ ਦੈਟ ਐਕਚੁਲੀ ਨੀਡਸ ਟੂ ਬੀ ਬੁੱਕਡ ਅੰਡਰ ਸਟਰੋਂਗ ਲਾਜ਼ ਲਾਈਕ ਯੂ ਆਪਾ, ਐਂਡ ਨੋਟ ਅਗੇਂਸਟ ਇਨੋਸੈਂਟ ਜਿਹੜੇ ਉਹਨੂੰ ਫਰੇਮ ਕਰ ਰਹੇ ਨੇ। ਸੋ ਇਹ ਨੇ ਸੁਖਪਾਲ ਸਿੰਘ ਖਹਿਰਾ, ਜੋ ਤਰਨ ਤਾਰਨ ਏਰੀਏ ਦੇ ਵਿੱਚ ਅੱਜ ਕੱਲ੍ਹ ਲੋਕਾਂ ਦਾ ਹਾਲ ਚਾਲ ਪੁੱਛ ਰਹੇ ਨੇ। ਪੰਡੂਰੀ ਗੋਲਾ ਦੇ ਵਿੱਚ ਇਹ ਜਾ ਕੇ ਆਏ ਨੇ, ਹੋਰ ਪਿੰਡਾਂ ਦੇ ਵਿੱਚ ਵੀ ਜਾਣਗੇ, ਪਰ ਸਿੱਧੇ ਸਿੱਧੇ ਲੋਕ ਇਹੀ ਕਹਿ ਰਹੇ ਨੇ ਕਿ ਪੁਲਿਸ ਪ੍ਰਸ਼ਾਸਨ ਨੂੰ ਮਹੀਨਾ ਜਾਂਦਾ ਰਿਹਾ ਆ, ਇਹਨਾਂ ਦੇ ਘਰਾਂ ਦੇ ਵਿੱਚ 20-20 ਸਾਲ ਤੋਂ ਪਿਛਲੇ ਇਹ ਸ਼ਰਾਬਾਂ ਵੇਚ ਰਹੇ ਨੇ। ਪਰ ਸਵਾਲ ਖੜਾ ਹੁੰਦਾ ਆ ਪ੍ਰਸ਼ਾਸਨ ਦੇ ਉੱਤੇ ਅਤੇ ਸਰਕਾਰਾਂ ਦੇ ਉੱਪਰ, ਕਿਉਂ ਇੰਨੀ ਗੂੜੀ ਨੀਂਦ ਸੁੱਤੇ ਪਏ ਨੇ? ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਤਰਨ ਤਾਰਨ।